ਬੋਕਸਮਰ ਟੀਵੀ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਸਰਖਾਪਚਾ ਦੋਸਤੋ ਪ੍ਰਾਲੀ ਨੂੰ ਲੈ ਕੇ ਪੰਜਾਬ ਸਰਕਾਰ ਲਈ ਜਾਂ ਪੰਜਾਬ ਲਈ ਪੰਜਾਬੀਆਂ ਲਈ ਕਿਸਾਨਾਂ ਲਈ ਸਾਰਿਆਂ ਲਈ ਇੱਕ ਸਮੱਸਿਆ ਬਣੀ ਹੋਈ ਹੈ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਆ ਕੇ ਪੰਜਾਬ ਸਰਕਾਰ ਨੂੰ ਵੀ ਚੇਤਾ ਆ ਜਾਂਦਾ ਹੈ ਕਿ ਪ੍ਰਾਲੀ ਨੂੰ ਬੈਨ ਕਰ ਦੇਣਾ ਚਾਹੀਦਾ ਪ੍ਰਾਲੀ ਸੜਨ ਨੂੰ ਬੈਨ ਕਰ ਦੇਣਾ ਚਾਹੀਦਾ ਤਾਂ ਜੋ ਪ੍ਰਦੂਸ਼ਣ ਨਾ ਹੋ ਸਕੇ ਪਰ ਅਜੇ ਤੱਕ ਕੋਈ ਪੁਖਤਾ ਹੱਲ ਨਹੀਂ ਮਿਲ ਸਕਿਆ ਪਰ ਇੱਕ ਅਜਿਹੇ ਕਿਸਾਨ ਸਾਡੇ ਨਾਲ ਮੌਜੂਦ ਨੇ ਜਿਹੇ ਸਫਲ ਕਿਸਾਨ ਜਿਨ੍ਹਾਂ ਨੇ ਪਰਾਲੀ ਦੀ ਇਸ ਸਮੱਸਿਆ ਨੂੰ ਖਤਮ ਹੀ ਕਰ ਦਿੱਤਾ ਆ ਉਹਨਾਂ ਨੇ ਇਸ ਪਰਾਲੀ ਦੀ ਸਮੱਸਿਆ ਤੇ ਜਿੱਤ ਪਾ ਲਈ ਹੈ ਸੋ ਆਪਾਂ ਗੱਲਬਾਤ ਕਰਦੇ ਹਾਂ ਸੁਰਜੀਤ ਸਿੰਘ ਜੀ ਨਾਲ ਜੋ ਕਿ ਵੱਖ-ਵੱਖ ਅਉਧਿਆਂ ਤੇ ਵੀ ਰਹਿ ਚੁੱਕੇ ਨੇ ਇਸ ਤੇ ਉਹਨਾਂ ਦੇ ਜਾਣਦੇ ਆ ਸਫਰ ਬਾਰੇ ਕਿ ਉਹਨਾਂ ਨੇ ਪਰਾਲੀ ਦੇ ਉੱਤੇ ਜਿੱਤ ਕਿਵੇਂ ਪਾਈ ਸੁਰਜੀਤ ਸਿੰਘ ਜੀ ਮਤਲਬ ਪਰਾਲੀ ਨੂੰ ਨਾ ਸਾੜਨਾ ਤੁਸੀਂ ਕਹੋ ਤਾਂ ਇਹ ਮੁਹਿੰਮ ਸ਼ੁਰੂ ਕੀਤੀ ਸੀ ਮੈਂ 2001 ਦੇ ਵਿੱਚ ਐਗਰੀਕਲਚਰ ਯੂਨੀਵਰਸਿਟੀ ਦੇ ਮੇਲੇ ਤੇ ਵਿਗਿਆਨੀਆਂ ਤੋਂ ਸੁਣਿਆ ਸੀ ਵੀ ਖੇਤਾਂ ਦੀ ਕਿਸੇ ਵੀ ਫਸਲਾਂ ਦੀ ਰਹਿੰਦ-ਖੂੰਦ ਨੂੰ ਅਗਰ ਆਗਨਰਾ ਲਗਾਈ ਜਾਵੇ ਇਹਨੂੰ ਖੇਤਾਂ 'ਚ ਰਲਾਇਆ ਜਾਵੇ ਤਾਂ ਜ਼ਮੀਨ ਪੋਲੀ ਹੋਊਗੀ ਔਰ ਉਪਜਾਊ ਬਣੂਗੀ ਪੌਦੇ ਨੂੰ ਉੱਗਣ ਲਈ ਜਿਹੜੇ ਤੱਤਾਂ ਦੀ ਲੋੜ ਹੁੰਦੀ ਹੈ ਉਹ ਇਹਦੀ ਵੇਸਟੇਜ ਦੇ ਵਿੱਚ ਭੁਖਚੋਨੇ ਦੀ ਪ੍ਰਾਲੀ 'ਚ ਕਣਕ ਦੀ ਤੂੜੀ 'ਚ ਗੰਨੇ ਦੀ ਪੱਤੀ 'ਚ ਗੁਲੜੇ 'ਚ ਹਰ ਵੇਸਟੇਜ ਦੇ ਵਿੱਚ ਉਹ ਤੱਤ ਮੌਜੂਦ ਹੁੰਦੇ ਨੇ ਅਗਰ ਉਹਨਾਂ ਨੂੰ ਦੁਬਾਰਾ ਧਰਤੀ ਦੇ ਵਿੱਚ ਮਿਲਾਇਆ ਜਾਵੇ ਉਹ ਤੱਤ ਰੀਫਿਲ ਹੋ ਜਾਂਦੇ ਨੇ ਧਰਤੀ ਉਪਜਾਊ ਬਣਦੀ ਹੈ ਤੇ ਤੁਹਾਨੂੰ ਖਾਦਾਂ ਦੀ ਲੋੜ ਘੱਟ ਕਰਨੀ ਪੈਂਦੀ ਹੈ ਬਿਮਾਰੀ ਘੱਟ ਲੱਗਦੀ ਹੈ ਦਵਾਈਆਂ ਦੀ ਵਰਤੋਂ ਵੀ ਘਟ ਜਾਂਦੀ ਹੈ ਸੋ ਉਹਦੇ ਨਾਲ ਜਿਹੜਾ ਇਨਸਾਨ ਉਸ ਪੈਦਾ ਕੀਤੀ ਖਾਣ ਨੂੰ ਖਾਏਗਾ ਉਹ ਜ਼ਹਿਰਾਂ ਤੋਂ ਵੀ ਬਚੇਗਾ ਮੇਰਾ ਭਾਰਤ ਮੇਰਾ ਪੰਜਾਬ ਮੇਰਾ ਘਰ ਸਿਹਤਮੰਦ ਹੋਏਗਾ ਮੈਂ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੀ ਵੀ ਰਹਿੰਦ-ਖੂੰਦ ਹੈ ਉਹ ਉਹਦੇ ਵਿੱਚ ਹੀ ਮਿਲ ਜਾਣੀ ਚਾਹੀਦੀ ਹੈ ਖੇਤਾਂ ਦੇ ਵਿੱਚ ਜਿਹਨਾਂ ਨਾ ਕਿ ਉਹ ਕੋਈ ਖਰਾਬ ਨਹੀਂ ਕਰਦੀ ਉਲਟਾ ਉਪਜਾਊ ਸ਼ਕਤੀ ਵਧਾਉਂਦੀ ਹੈ ਪਰ ਇੱਕ ਇੱਕ ਮੰਨਤਾ ਗੱਲ ਕਰ ਲਈਏ ਕਿ ਕਿਤੇ ਨਾ ਕਿਤੇ ਸ਼ਾਇਦ ਇੱਕ ਵਿਸ਼ਵਾਸ ਬਣਿਆ ਹੋਇਆ ਕਿ ਜਿਹੜੀ ਪਰਾਲੀ ਹੈ ਜੇ ਉਸ ਨੂੰ ਦੁਬਾਰਾ ਖੇਤਾਂ 'ਚ ਦਬਾਇਆ ਜਾਵੇ ਤਾਂ ਉਹ ਇੱਕ ਅਜਿਹੀਆਂ ਗੈਸਾਂ ਪੈਦਾ ਕਰਦੀ ਜੀ ਨਾ ਉਪਜਾਊ ਸ਼ਕਤੀ ਘਟਦੀ ਆ ਪਰ ਤੁਸੀਂ ਇਸਦੇ ਉਲਟ ਬੋਲ ਰਹੇ ਹੋ ਇਹ ਕੀ ਚੀਜ਼ ਹੈ ਜਦੋਂ ਮੈਂ ਪਹਿਲੀ ਵਾਰ ਆਪਣੇ ਟਰੈਕਟਰ ਨਾਲ ਆਪ ਟਰਾਲ ਪਰਾਲੀ ਰੜਾਈ ਸੀ ਤਾਂ ਮੈਨੂੰ ਲੋਕਾਂ ਨੇ ਪਾਗਲ ਤੱਕ ਕਹਿ ਦਿੱਤਾ ਸੀ ਇਹ ਇਹ ਪਾਗਲ ਹੋ ਗਿਆ ਇਹਨੂੰ ਹਸਪਤਾਲ ਜਾ ਕੇ ਦਿਖਾਓ ਜੀ ਇਹ ਇੰਨਾ ਡੀਜ਼ਲ ਝਾਲ ਰਿਹਾ ਸੋ ਮੈਂ ਕਿਹਾ ਵੀ ਗੁਰੂ ਨਾਨਕ ਦੇਵ ਜੀ ਨੂੰ ਵੀ ਲੋਕਾਂ ਨੇ ਕਰਾਇਆ ਕਿਹਾ ਸੀ ਤੇ ਅੱਜ ਉਹਨਾਂ ਨੂੰ ਪੂਜਦੇ ਨੇ ਹਰ ਜੋ ਬੰਦਾ ਪਹਿਲਾਂ ਕੰਮ ਕਰਦਾ ਉਹਦੇ ਉੱਤੇ ਇਦਾਂ ਦੀਆਂ ਤੋਮ ਤਾਂ ਲੱਗਦੀਆਂ ਹੀ ਹੁੰਦੀਆਂ ਆ ਸੋ ਮੈਂ ਆਪਣਾ ਇਰਾਦਾ ਜਿਹੜਾ ਉਹ ਕਾਇਮ ਰੱਖਿਆ ਵੀ ਮੈਂ ਪਰਾੜੀ ਨੂੰ ਅੱਗ ਨਹੀਂ ਲਾਣੀ। ਮੈਨੂੰ ਇਹ ਵੀ ਕਿਹਾ ਗਿਆ ਵੀ ਇਹਦੇ 'ਚ ਚੂਹੇ ਬਹੁਤ ਪੈਦਾ ਹੋ ਜਾਣਗੇ। ਇਹਦੇ 'ਚ ਸਿਉਕ ਲੱਗ ਜਾਏਗੀ। ਮੈਨੂੰ ਬਹੁਤ ਡਰ ਆ ਗਿਆ ਲੇਕਿਨ ਮੇਰੇ ਖੇਤ 'ਚ ਨਾ ਅਜੇ ਤੱਕ ਸਿਉਕ ਲੱਗੀ ਹੈ, ਨਾ ਅਜੇ ਤੱਕ ਚੂਹੇ ਆਏ ਨੇ। ਔਰ ਕਿਸੇ ਵੀ ਕਿਸਮ ਦਾ ਕੋਈ ਪ੍ਰੋਬਲਮ ਮੈਨੂੰ ਨਹੀਂ ਆਈ। ਸਿਰਫ ਪਹਿਲੇ 3 ਸਾਲ ਆਈ ਸੀ। ਜਿਹਦੇ ਨਾਲ ਕਿ ਮਿੱਟੀ ਪ੍ਰਾਲੀ ਨੂੰ ਰਲਾਉਣ ਦੇ ਨਾਲ ਪਾਣੀ ਜਿਆਦਾ ਜਜ਼ਬ ਹੋ ਜਾਂਦਾ ਸੀ ਤੇ ਕਿ ਜਾਣਕਦਾ ਝਾੜ ਘਟਦਾ ਸੀ ਹੈਪੀ ਸੀਡਰ ਦੀ ਵਿਧੀ ਨਾਲ ਪ੍ਰਾਲੀ ਜ਼ਮੀਨ ਦੇ ਉੱਤੇ ਰਹਿੰਦੀ ਹੈ ਤੇ ਇਹਨੂੰ ਹਵਾ ਲੱਗਦੀ ਹੈ ਇਹ ਉਸ ਦੇ ਨਾਲ ਖਤਮ ਹੋ ਜਾਂਦੀ ਹੈ ਔਰ ਖਾਦ ਬਣ ਜਾਂਦੀ ਹੈ ਇੱਕ ਮੈਂ ਜ਼ਰੂਰ ਕਹਿਣਾ ਚਾਹੂੰਗਾ ਜਿਹੜੀਆਂ ਜ਼ਮੀਨਾਂ ਪੋਲੀਆਂ ਨੇ ਰੇਤੇ ਵਾਲੀਆਂ ਨੇ ਉਹਨਾਂ ਦੇ ਵਿੱਚ ਪ੍ਰਾਲੀ ਵਿੱਚ ਵੀ ਰੜਾਈ ਜਾ ਸਕਦੀ ਹੈ ਰੋਟਾਵੇਟਰ ਨਾਲ ਬਜਾਈ ਕੀਤੀ ਜਾ ਸਕਦੀ ਹੈ ਜਿਆ ਅਟਾਵੇਂ ਹਰਨਾ ਉਹਨੂੰ ਦੱਬਿਆ ਜਾ ਸਕਦਾ ਕਿਉਂਕਿ ਰੇਤੇਵਾਲੀ ਪੋਲੀ ਜ਼ਮੀਨ ਚ ਸਿਉਰਟੀ ਜ਼ਮੀਨ ਦੇ ਵਿੱਚ ਪਾਣੀ ਜਜ਼ਬ ਹੋ ਜਾਂਦਾ ਪਾਣੀ نیچے ਚਲਾ ਜਾਂਦਾ ਜਿਹੜੀਆਂ ਸਖਤ ਜ਼ਮੀਨਾਂ ਨੇ ਉੱਥੇ ਸਿਰਫ ਹੈਪੀ ਸੀਡਰ ਕਾਮਯਾਬ ਹੈ ਜਿਹੜੇ ਲੋਕ ਨਹੀਂ ਕਰਦੇ ਉਹ ਸਿਰਫ ਦੂਜੇ ਤੇ ਕ੍ਰਿਟਿਸਾਈਜ਼ ਕਰਦੇ ਨੇ ਆਲੋਚਨਾ ਕਰਦੇ ਨੇ ਕੰਮ ਕਰਕੇ ਰਾਜੀ ਨਹੀਂ ਅੱਜ ਕਿਸਾਨ ਦਾ ਪੁੱਤਰ ਕੰਮ ਛੱਡ ਗਿਆ ਕੋਈ ਵੀ ਸਬਜ਼ੀ ਬੀਜ ਕੇ ਰਾਜ਼ੀ ਨਹੀਂ ਕੋਈ ਫਰੂਟ ਬੀਜ ਕੇ ਰਾਜ਼ੀ ਨਹੀਂ ਕੋਈ ਖੇਤ ਚ ਬੜ ਕੇ ਰਾਜ਼ੀ ਨਹੀਂ ਸਰ ਬੰਦਾ ਬਸ ਮੋਲਾਂ ਚ ਘੁੰਮਦਾ ਜਾਂ ਲੀਡਰਾਂ ਨਾਲ ਘੁੰਮਦਾ ਇਹ ਕੰਮ ਜਿਹੜਾ ਕਿਸਾਨ ਦਾ ਬੇਟਾ ਛੱਡ ਗਿਆ ਇਹ ਹੀ ਅੱਜ ਖੁਦਕਸ਼ੀਆਂ ਦਾ ਕਾਰਨ ਹੈ ਕਿ ਬੱਚਿਆਂ ਨੇ ਖਰਚ ਵਧਾ ਲਏ ਨੇ ਮੋਲਾਂ ਚ ਘੁੰਮਣਾ ਛੇ ਕੱਪੜੇ ਪਾਉਣੇ ਵਿਆਹਾਂ ਤੇ ਜ਼ਿਆਦਾ ਖਰਚਾ ਕਰਨਾ ਕਰਜ਼ੇ ਲੈਣੇ ਮੈਂ ਜਿੱਥੇ ਪੰਜਾਬ ਦਾ ਪਹਿਲਾ ਕਿਸਾਨ ਆ ਜਿਨੇ 17 ਸਾਲ ਤੋਂ ਅੱਗ ਨਹੀਂ ਲਾਈ ਪਾਣੀ ਫੁਆਰੇ ਨਾਲ ਲਾਇਆ ਤੇ ਆਰਗੈਨਿਕ ਖੇਤੀ ਵੀ ਮੈਂ ਕਰ ਰਿਹਾ ਮੈਂ ਪਹਿਲਾ ਕਿਸਾਨ ਪੰਜਾਬ ਦਾ ਉਹ ਵੀ ਆ ਹੋ ਸਕਦਾ ਹੈ ਹੋਰ ਵੀ ਹੋਣ ਅੱਜ ਮੇਰੇ ਉਤੇ 1 ਰੁਪਿਆ ਵੀ ਕਰਜ਼ਾ ਨਹੀਂ ਜੇ ਮੇਰੇ ਘਰ ਕਾਰਾਂ ਖੜੀਆਂ ਨੇ ਤਾਂ ਮੈਂ ਨਗਦ ਲਈਆਂ ਨੇ ਜੇ ਮੇਰੇ ਘਰ ਨਵਾਂ ਅਜੇ ਨੰਬਰ ਨਹੀਂ ਲੱਗਿਆ ਟਰੈਕਟਰ ਖੜਾ ਤਾਂ ਮੈਂ ਕੈਸ਼ ਲਿਆ ਮੈਂ ਕਦੇ ਵੀ ਟੈਲੀਵਿਜ਼ਨ ਮੋਟਰਸਾਈਕਲ ਜਾਂ ਮਕਾਨ ਕਦੇ ਕਰਜ਼ੇ ਤੇ ਨਹੀਂ ਬਣਾਇਆ ਮੇਰਾ ਕੋਈ ਵੀ ਅੜਤੀਆ ਨਹੀਂ ਮੈਂ ਅੜਤੀਏ ਤੋਂ ਅੱਧਾ ਕਮਿਸ਼ਨ ਜਿਹੜਾ ਉਹ ਵਾਪਸ ਲੈਣਾ ਤੇ ਦਸੰਬਰ ਦੇ ਵਿੱਚ ਮੈਂ ਗਰੀਬਾਂ ਨੂੰ ਲੋੜਵੰਦਾਂ ਨੂੰ ਕੱਪੜੇ ਵੰਡਦਾ ਉਸ ਰਿਕਮਿਸ਼ਨ ਨੂੰ ਉਹਦੇ ਵਿੱਚ ਰਲਾ ਦਿੰਨਾ ਮੈਂ 3-4 ਲੱਖ ਰੁਪਏ ਦੇ ਕੱਪੜੇ ਹਰ ਸਾਲ ਵੰਡਦਾ ਪ੍ਰਮਾਤਮਾ ਮੇਰੇ ਤੇ ਮਿਹਰਬਾਨ ਆ ਤੇ ਮੇਰੀ ਫਸਲ ਬਹੁਤ ਵਧੀਆ ਹੁੰਦੀ ਹੈ ਇੱਥੇ ਬਹੁਤ ਵੱਡੇ ਵੱਡੇ ਆਫੀਸਰ ਚੀਫ ਸੈਕਟਰੀ ਡਿਪਟੀ ਕਮਿਸ਼ਨਰ ਵਾਈਸ ਚਾਂਸਲਰ ਫਾਈਨੈਂਸ਼ੀਅਲ ਕਮਿਸ਼ਨਰ ਬਾਹਰਲੇ ਮੁਲਕਾਂ ਦੀਆਂ ਟੀਮਾਂ ਅੱਜ ਮੇਰੇ ਫਾਰਮ ਤੇ ਕਈ ਵਾਰ ਆ ਚੁੱਕੀਆਂ ਨੇ ਪਰ ਮੈਂ ਇੱਕ ਛੋਟਾ ਜਿਹਾ ਉਦਮ ਕੀਤਾ ਸੀ ਜਿਹਨੇ ਅੱਜ ਇੱਕ ਵੱਡਾ ਅ ਰਤਬਾ ਧਾਰਨ ਕੀਤਾ ਹੈ ਮੇਰੀ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਚ ਪਛਾਣ ਬਣੀ ਹੈ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇੱਕ ਪਿੱਛੇ ਫੰਕਸ਼ਨ ਹੋਇਆ ਸੀ ਸਟੇਜ ਦੇ ਉੱਤੇ ਪੰਜ ਸਟੇਟਾਂ ਦੇ ਚੀਫ ਜਸਟਿਸ ਦੋ ਸਟੇਟਾਂ ਦੇ ਗਵਰਨਰ ਮੌਜੂਦ ਸੀ ਜਿੱਥੇ ਮੈਂ ਬੋਲਿਆ ਸੀਗਾ ਤੇ ਮੈਨੂੰ ਬੜੀ ਮਾਣ ਮਿਲਿਆ ਸੀਗਾ ਚੀਫ ਜਸਟਿਸ ਹਿਮਾਚਲ ਨੇ ਆਪਣਾ ਨੰਬਰ ਦਿੱਤਾ ਕਿ ਸਾਡੇ ਹਿਮਾਚਲ ਚਾਣਾ ਕੁਸੀਂ ਮੈਨੂੰ ਮਿਲਣਾ ਥੋੜੇ ਦਿਨ ਪਹਿਲਾਂ ਮੈਂ ਅਦਿੱਤਿਆ ਬਿਰਲਾ ਗਰੁੱਪ ਨੇ ਮੈਨੂੰ ਅੰਦੌਰ ਤੋਂ ਟੀਮ ਆਈ ਮੇਰੇ ਮੌਇਨਾ ਕੀਤਾ ਮੇਰੇ ਖੇਤਾਂ ਦਾ ਮੇਰਾ ਰਿਕਾਰਡ ਦੇਖਿਆ ਪਿਛਲਾ ਤੇ ਮੈਨੂੰ 22 ਇਅਰ ਦੀਆਂ ਟਿਕਟਾਂ ਦੇ ਕੇ ਗਏ ਮੇਰਾ ਬੇਟਾ ਤੇ ਮੈਂ ਅੰਦੌਰ ਗਏ ਜਹਾਜ਼ ਚੜ੍ਹੇ ਦਿੱਲੀ ਤੋਂ ਔਰ 5 ਸਟਾਰ ਹੋਟਲ ਦੇ ਵਿੱਚ ਠਹਿਰੇ ਇੱਕ ਵੱਡੇ ਇਕੱਠ 'ਚ ਮੈਨੂੰ ਬੋਲਣ ਦਾ ਮੌਕਾ ਮਿਲਿਆ ਮੈਂ ਕਿਹਾ ਜਿਵੇਂ ਲੋਕ ਐਕਟਰਾਂ ਦੀਆਂ ਸੈਲਫੀਆਂ ਲੈਂਦੇ ਨੇ ਜਫੀਆਂ ਪਾ ਪਾ ਕੇ ਮਿਲਦੇ ਨੇ ਇਸੇ ਤਰ੍ਹਾਂ ਉੱਥੇ ਮੇਰਾ ਸਵਾਗਤ ਹੋਇਆ ਮੈਨੂੰ ਸਨਮਾਨਤ ਕੀਤਾ ਗਿਆ ਔਰ ਇਹ ਕੋਈ ਮੈਂ ਬਹੁਤ ਵੱਡਾ ਕੋਈ ਜਹਾਜ਼ ਜਾਂ ਰਾਕਟ ਨਹੀਂ ਬਣਾ ਲਿਆ ਮੈਂ ਸਿਰਫ ਪ੍ਰਾਣੀ ਨੂੰ ਅੱਗ ਨਹੀਂ ਲਾਈ ਮੈਂ ਉਸ ਕੁਦਰਤ ਨੂੰ ਸਲੂਟ ਕੀਤੀ ਹੈ ਮੈਂ ਕੋਈ ਇਨਾਮ ਲੈਣ ਲਈ ਕੁਝ ਨਹੀਂ ਕੀਤਾ ਪਰ ਫਿਰ ਵੀ ਮੈਨੂੰ 26 ਜਨਵਰੀ 15 ਅਗਸਤ ਤੇ ਸਨਮਾਨਿਤ ਕੀਤਾ ਜਾਂਦਾ ਮਾਣ ਮਿਲਦਾ ਮੇਰੇ ਜ਼ਿਲ੍ਹੇ ਦੇ ਅਫਸਰ ਮੈਨੂੰ ਮਾੜਨਾ ਕੁਰਸੀ ਦਿੰਦੇ ਨੇ ਚਾਹ ਪੁੱਛਦੇ ਨੇ ਕੰਮ ਪੁੱਛਦੇ ਨੇ ਪਰ ਮੈਂ ਕੋਈ ਮਾੜਾ ਕੰਮ ਨਹੀਂ ਕਰਦਾ ਮੈਂ ਤਾਂ ਸਮਾਜ ਦੇ ਚੰਗੇ ਕੰਮ ਕਰਦਾ ਜੇ ਮੈਂ ਕਿਸੇ ਦੀ ਸ਼ਿਫਾਰਿਸ਼ ਵੀ ਕਰਦਾ ਤਾਂ ਅੱਛੇ ਇਨਸਾਨ ਦੀ ਕਰਦਾ ਮੈਂ ਹਰ ਵੇਲੇ ਤੁਸੀਂ ਤੁਸੀਂ ਜੋ ਗੱਲਾਂ ਕਰ ਰਹੇ ਹੋ ਉਹ ਤੁਹਾਡੀ ਸਫਲਤਾ ਹੈ ਜੋ ਤੁਸੀਂ ਪ੍ਰਾਲੀ ਦੇ ਉੱਤੇ ਮਤਲਬ ਇੱਕ ਕਾਬੂ ਪਾਇਆ ਹੈ ਕਿਉਂਕਿ ਬਹੁਤ ਇੱਕ ਗਲੀ ਦੀ ਹੱਡੀ ਮੰਨ ਲਈਏ ਪੰਜਾਬ ਸਰਕਾਰ ਲਈ ਪੰਜਾਬ ਦੇ ਕਿਸਾਨਾਂ ਲਈ ਇਹ ਬਣੀ ਹੋਈ ਆ ਤੁਸੀਂ ਦੱਸ ਰਹੇ ਹੋ ਵੀ 2000 ਤਕਰੀਬਨ ਇੱਕ 18 ਸਾਲ ਤੁਸੀਂ 16 ਸਾਲ ਤੋਂ 18 ਸਾਲ ਵਕਫਾ ਹੋ ਗਿਆ ਜਿਹੜਾ ਤੁਸੀਂ ਇਸ ਤੀ ਪ੍ਰਾਲੀ ਤੇ ਕਾਬੂ ਪਾ ਲਿਆ ਗਿਆ ਠੀਕ ਹੈ ਪਰ ਅਸੀਂ ਵੇਖਦੇ ਆਏ ਹਾਂ ਤੁਹਾਡੇ ਜਿਹੜੇ ਪਿੰਡ ਪਹੁੰਚੇ ਆਂ ਤਾਂ ਪਿੱਛੇ ਕਈ ਲੋਕਾਂ ਨੇ ਹਜੇ ਵੀ ਪ੍ਰਾਲੀ ਨੂੰ ਅੱਗ ਲਾਈ ਹੋਈ ਆ ਇਹ ਲੋਕਾਂ ਦੇ ਵਿੱਚ ਜਾਗਰੂਕਤਾ ਕਿਉਂ ਨਹੀਂ ਕਿਉਂਕਿ ਤੁਸੀਂ ਨੇੜੇ ਬੈਠੇ ਹੋ ਉਹਨਾਂ ਦੇ ਫਿਰ ਵੀ ਲੋਕ ਜਾਗਰੂਕ ਕਿਉਂ ਨਹੀਂ ਹੈਗੇ ਦੇਖੋ ਲੋਕ ਤਾਂ ਮੇਰੇ ਪਿੰਡ ਦੇ ਵਿੱਚ ਅਜਿਹੇ ਪਰਿਵਾਰ ਵੀ ਹੈਗਾ ਜਿਹੜਾ 60 ਕਿਲੇ ਜ਼ਮੀਨ ਵੇਚ ਕੇ ਅੱਜ ਸਾਂਝੀ ਰਲੇ ਹੋਏ ਨੇ ਮੁੰਡੇ ਮੈਂ ਮਜ਼ਦੂਰੀ ਤੋਂ ਕੰਮ ਸ਼ੁਰੂ ਕੀਤਾ ਸੀ ਮੇਰੇ ਵੱਡੇ ਪੁਰਖਾਂ ਨੇ ਸਾਰੀ ਜ਼ਮੀਨ ਵੇਚ ਦਿੱਤੀ ਸੀ ਮੈਂ ਲੁਧਿਆਣਾ ਦੇ ਵਿੱਚ 1978 ਦੇ ਵਿੱਚ ਇੱਕ ਮਜ਼ਦੂਰੀ ਤੋਂ ਕੰਮ ਸ਼ੁਰੂ ਹੋ ਕੇ ਅੱਜ ਇਸ ਪਿੰਡ ਦਾ ਮੈਂ ਵੱਡਾ ਸਰਦਾਰਾਂ ਤੇ ਮੇਰੀ ਲੁਧਿਆਣਾ 'ਚ ਵੀ ਬਹੁਤ ਵੱਡੀ ਪ੍ਰਾਪਰਟੀ ਹੈ ਮੈਨੂੰ ਵੱਡੇ ਵੱਡੇ ਲੀਡਰ ਵੱਡੇ ਵੱਡੇ ਅਉਦੇਦਾਰ ਇੰਡਸਟਰੀਸਟ ਮੈਨੂੰ ਪਿਆਰ ਕਰਦੇ ਨੇ ਇਹ ਮੇਰੀ ਹਿੰਮਤ ਜਿਹੜੀ ਮੈਂ ਹਿੰਮਤ ਕੀਤੀ ਹੈ ਪਰਮਾਤਮਾ ਨੇ ਉਹਨੂੰ ਭਾਗ ਲਾਏ ਨੇ ਜੇ ਕੋਈ ਕੰਮ ਕਰਨਾ ਹੀ ਨਹੀਂ ਚਾਹੁੰਦਾ ਤਾਂ ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ ਨੇ ਸੁੱਤੇ ਪਏ ਦੇ ਜਿਵੇਂ ਬੇਰੀ ਦੇ ਥੱਲੇ ਸੌਂ ਜੀਏ ਬੇਰ ਨਹੀਂ ਮੂੰਹ ਚ ਪੈਂਦਾ ਜੇ ਮੈਂ ਸਟੇਜਾਂ ਤੇ ਚੜ ਕੇ ਦੱਸਦਾ ਮੈਂ ਇੱਥੇ 5000 ਬੰਦੇ ਦਾ ਦਸੰਬਰ ਚ ਕੱਠ ਕਰਦਾ ਵੀ ਮੇਰੇ ਖੇਤ ਚ ਦੇਖੋ ਕਣ ਕਿਦਾਂ ਖੜੀ ਐ ਇਹ ਕਿਦਾਂ ਬਜਾਈ ਹੋਈ ਐ ਤੇ ਤੁਸੀਂ ਕਿਉਂ ਨਹੀਂ ਕਰ ਸਕਦੇ ਇਹ ਬੀਜਣ ਵਾਲੀ ਮਸ਼ੀਨ ਐ ਉਹਦੇ ਅੱਗੇ ਇੱਕ ਪਾਰਟ ਲਾਤਾ ਜਿਹੜਾ ਪਰਾੜੀ ਨੂੰ ਕੱਟਦਾ ਹੋਰ ਕੋ ਵੱਡੀ ਚੀਜ਼ ਤਾਂ ਹੈ ਨਹੀਂ ਜਦੋਂ ਆਪਾਂ ਝੋਨਾ ਬੀਜਦੇ ਆ ਪੂਰੀ ਨਮੀ ਹੁੰਦੀ ਐ ਮੈਨੂੰ ਉਹਦੀ ਬਚਤ ਵੀ ਹੁੰਦੀ ਐ ਉਸ ਨਮੀ ਦੇ ਵਿੱਚ ਮੈਂ ਕੰਬਾਈਨ ਦੇ ਨਾਲ ਹੀ ਬਜਾਈ ਸ਼ੁਰੂ ਕਰ ਦਿੰਨਾ ਔਰ ਲੋਕੀ ਪਹਿਲਾਂ ਵੇਚਦੇ ਰਹਿੰਦੇ ਨੇ ਫਿਰ ਉਹ ਸੁੱਕ ਜਾਂਦੀ ਹੈ ਫਿਰ ਉਹਨੂੰ ਆਗ ਲਗਾਉਂਦੇ ਨੇ ਫਿਰ ਦੁਬਾਰਾ ਰੌਣੀ ਕਰਦੇ ਨੇ 20 ਦਿਨ ਬਾਅਦ ਫਿਰ ਬਜਾਈ ਕਰਦੇ ਨੇ ਮੈਨੂੰ ਉਹ ਕਲਟੀਵੇਟ ਕਰਨ ਦਾ ਵਾਉਣ ਦਾ ਖਰਚਾ ਬਚ ਜਾਂਦਾ ਤੇ ਜਿਹੜੀ ਰੌਣੀ ਕਰਨੀ ਹੈ ਉਹ ਖਰਚਾ ਮੈਨੂੰ ਬਚਦਾ 20 ਦਿਨ ਦਾ ਸਮਾਂ ਮੈਨੂੰ ਵੱਧ ਮੇਰੀ ਕਣਕ ਨੂੰ ਪੱਕਣ ਨੂੰ ਮਿਲਦਾ ਪੰਜਾਬ ਦੇ ਵਿੱਚ ਜਿੰਨੀ ਕਣਕ ਹਿੰਦੁਸਤਾਨ ਚ ਬੀਜੀ ਜਾਂਦੀ ਹੈ ਉਹ ਟੈਂਪਰੇਚਰ ਦੇ ਹਿਸਾਬ ਨਾਲ ਪੱਕਦੀ ਹੈ ਜਦੋਂ ਗਰਮੀ ਹੋਣੀ ਆ ਬਸਾਖੀ ਨੂੰ ਤਾਂ ਸਾਰੇ ਕਣਕ ਨੇ ਪੱਕ ਜਾਣਾ ਭਾਵੇਂ ਉਹ ਕਿਸੇ ਦਿਨ ਵੀ ਬੀਜੀ ਹੋਈ ਐ ਤੇ ਮੇਰੀ ਜਿਹੜੀ ਗੇਤੀ ਕਣਕ ਆ ਉਹਨੂੰ 20 ਦਿਨ ਬਾਅਦ ਮਿਲਦੇ ਨੇ ਇਸ ਕਰਕੇ ਉਹਦਾ 2.5 ਕੁੰਟਲ ਝਾੜ ਐ ਜਿਹੜਾ ਜਿਹੜੇ ਤੱਤ ਉਹਦੇ ਵਿੱਚ ਜ਼ਿਆਦਾ ਹੋ ਗਏ ਉਹਨਾਂ ਨੂੰ ਵੱਧਾ ਜਿਹਦੇ ਨਾਲ ਮੈਂ ਪਿਛਲੇ ਸਾਲ 25-25 ਕਿਲੋ ਦੋ ਬਿੱਲੋ ਦੋ ਵਾਰੀ ਯੂਰੀਆ ਪਾਇਆ ਔਰ ਤਿੰਨ-ਤਿੰਨ ਕਿਲੋ ਦੀ ਦੋ ਵਾਰੀ ਸਪਰੇਅ ਕੀਤੀ ਆ ਮੇਰੀ ਕਣਕ ਨੂੰ 56 ਕਿਲੋ ਜੂਰੀਆ ਪਿਛਲੀ ਵਾਰ ਪਾਇਆ ਤੇ ਲੋਕਾਂ ਨੇ 4-4 ਥੈਲੇ ਪਾਤੇ ਮੇਰੀ ਕਣਕ ਦਾ ਝਾੜ ਜ਼ਿਆਦਾ ਹੋਇਆ ਇਸ ਵਾਰੀ ਮੈਂ ਉਸ ਤੋਂ ਵੀ ਥੋੜਾ ਵਾਲਾ ਘੱਟ ਪਾਵਾਂਗਾ ਜਿਸ ਨਾਲ ਹੁਣ ਖਾਦਾਂ ਦੀ ਜਿੰਨੀ ਬਚਤ ਹੋਏਗੀ ਪੈਸਾ ਵੀ ਬਚ ਗਿਆ ਤੇ ਉਹਨੂੰ ਜ਼ਹਿਰ ਨਾ ਮਿਲੀ ਪੌਦੇ ਨੂੰ ਤੇ ਬਿਮਾਰੀ ਵੀ ਘੱਟ ਲੱਗੀ ਸਪਰੇਅ ਨਾ ਕਰਨੀ ਪਈ ਹੁਣ ਮੈਂ ਆਰਗੈਨਿਕ ਬਸਪਤੀ ਮੇਰੇ ਖੇਤ ਚ ਖੜੀ ਐ ਕੋਈ ਚੀਜ਼ ਨਹੀਂ ਪਾਈ ਬੜੀ ਸੋਹਣੀ ਹੋਈ ਐ ਸੋ ਲੋਕ ਕਰਕੇ ਰਾਜੀ ਨਹੀਂ ਕਰਕੇ ਤਾਂ ਦੇਖਣ ਫੇਰ ਮੇਰੇ ਨਾਲ ਆ ਕੇ ਗੱਲ ਕਰਨ ਵੀ ਅਸੀਂ ਕੀਤਾ ਸੀ ਸਾਡਾ ਹੋਇਆ ਨਹੀਂ ਸੋ ਕਿਤੇ ਨਾ ਕਿਤੇ ਸੁਰਜੀਤ ਸਿੰਘ ਜੀ ਨੇ ਇਹ ਗੱਲ ਕਹੀ ਕਿ ਲੋਕ ਖੁਦ ਨਹੀਂ ਕਰਨਾ ਚਾਹੁੰਦੇ ਕਿਉਂਕਿ ਹੱਲ ਹੈ ਇਸ ਚੀਜ਼ ਦਾ ਜੋ ਸੁਰਜੀਤ ਸਿੰਘ ਨੇ ਕਹਿਣਾ ਹੈ ਕਿ ਉਹਨਾਂ ਨੇ ਜੇ ਸਫਲਤਾ ਹਾਸਲ ਕੀਤੀ ਤਾਂ ਬਾਕੀ ਲੋਕ ਵੀ ਕਰ ਸਕਦੇ ਨੇ ਸੁਰਜੀਤ ਸਿੰਘ ਤੁਸੀਂ ਖੁਦ ਕਹਿ ਰਹੇ ਸੀ ਕਿ ਪਹਿਲਾਂ ਪਹਿਲ ਝਾੜ ਘਟ ਰਿਹਾ ਕਿਤੇ ਨਾ ਕਿਤੇ ਕੁਸ਼ਕਾਰਨਾ ਕਰਕੇ ਜੀ ਹੁਣ ਹੁਣ ਜੇ ਆਪਾਂ ਗੱਲ ਕਰ ਲਈਏ ਹੁਣ ਪਰਾਲੀ ਨੂੰ ਵਿੱਚ ਹੀ ਰਲਾਉਣਾ ਮਿੱਟੀ ਦੱਬਣਾ ਝਾੜ ਦੇ ਵਿੱਚ ਕਿੰਨਾ ਕੁ ਫਰਕ ਪੈਂਦਾ ਹੈ ਮੇਰੀ ਜਿਹੜੀ ਪਿੰਡ ਦੀ ਜ਼ਮੀਨ ਹੈ ਸਾਧੂਗੜ ਕਲੇ ਲੋਮ ਜੇ ਧਰਤੀ ਦੀ ਜ਼ਮੀਨਾਂ ਦੀ ਜਿਹੜੀ ਡਿਕਸ਼ਨਰੀ ਹੈ ਪੂਰੇ ਵਰਲਡ ਦੀ ਪੂਰੀ ਦੁਨੀਆ ਦੀ ਡਿਕਸ਼ਨਰੀ ਦੇਖੀਏ ਉਹਦੇ ਚ ਮੇਰੇ ਪਿੰਡ ਦਾ ਨਾਮ ਹੈ ਸਾਧੂਗੜ ਕਲੇ ਲੋਮ ਇੱਥੇ ਜੇ ਮਕਾਨ ਬਣਾਉਂਦੇ ਸੀ ਤਾਂ ਫਟ ਜਾਂਦਾ ਸੀ 40 ਚ 50 ਸਾਲ ਪਹਿਲਾਂ ਇਹ ਇੰਨੀ ਸਖਤ ਹੈ ਮੈਂ ਉਸ ਜ਼ਮੀਨ ਨੂੰ ਪੋਲੀ ਕਰ ਦਿੱਤਾ ਅੱਜ ਮੇਰੀ ਜ਼ਮੀਨ ਦੇ ਵਿੱਚ ਗੰਡੋਏ ਫਿਰਦੇ ਆ ਜਾ ਕੇ ਦੇਖ ਸਕਦੇ ਹੋ ਕੋਈ ਝੂਠੀ ਗੱਲ ਨਹੀਂ ਤੁਸੀਂ ਮਿੱਟੀ ਪੁੱਟੋਗੇ ਤੁਹਾਨੂੰ ਗੰਡੋਏ ਮਿਲਣਗੇ ਜਿਹੜੀ ਜ਼ਮੀਨ ਕਹੀ ਨਾ ਵੱਡੀ ਨਹੀਂ ਸੀ ਜਾਂਦੀ ਅੱਜ ਅਸੀਂ ਹੱਥਾਂ ਨਾਲ ਬਟਾਂ ਤੇ ਮਿੱਟੀ ਲਾਉਨੇ ਆ ਉਹ ਪੋਲੀ ਹੋ ਗਈ ਹੈ ਜਦੋਂ ਜ਼ਮੀਨ ਪੋਲੀ ਹੋ ਗਈ ਉਹਦੇ ਚ ਇੰਨੇ ਤੱਤ ਰਲ ਗਏ ਉਤੇ ਝਾੜ ਤਾਂ ਵਧੇ ਗਈ ਜੀ ਬਿਲਕੁਲ ਮਤਲਬ ਲੋਕ ਇੱਕ ਮੈਂ ਜ਼ਰੂਰ ਕਹੂੰਗਾ ਜਿਹੜੀ ਮਸ਼ੀਨਰੀ ਦੀ ਆ ਥੋੜੀ ਅਜੇ ਕਮੀ ਹੈ ਹੁਣ ਜਿਨ੍ਹਾਂ ਲੋਕਾਂ ਨੇ ਐਪਲੀਕੇਸ਼ਨਾਂ ਦਿੱਤੀਆਂ ਸੀਗੀਆਂ ਹੈਪੀ ਸੀਡਰ ਤੇ ਸਬਸਿਡੀ ਲੈਣ ਵਾਸਤੇ ਜਦੋਂ ਬਢਾਈ ਸ਼ੁਰੂ ਹੋ ਗਈ ਤਾਂ ਮਹਿਕਮੇ ਵਾਲਿਆਂ ਦਾ ਫੋਨ ਆਇਆ ਵੀ ਤੁਹਾਡਾ ਪਾਸ ਹੋ ਗਿਆ ਜੀ ਤੇ ਜਦੋਂ ਵਰਕਸ਼ਾਪ ਵਾਲਿਆਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਜੀ ਤੁਹਾਡਾ 15-20 ਦਿਨ ਤਾਂ ਅਸੀਂ ਦੇ ਨਹੀਂ ਸਕਦੇ ਮਹੀਨਾ ਤੇ ਫਿਰ ਤਾਂ ਅਗਲੇ ਸਾਲ ਤੇ ਗੱਲ ਚਲੀ ਗਈ ਨਾ ਇਸ ਕਰਕੇ ਮਸ਼ੀਨਰੀ ਦੀ ਵੀ ਕਮੀ ਹੈ ਮੇਰੇ ਕੋਲ ਤਾਂ HP ਸੀਡਰ 2 ਪਏ ਨੇ ਜੀ ਤੇ ਮੈਨੂੰ ਮਹਿਕਮਾ ਵੀ ਦੇ ਦਿੰਦਾ ਮੇਰੇ ਕੋਲ ਆਪਣਾ ਵੀ ਪਿਆ ਹੈ ਪਰ ਕਈ ਬੰਦੇ ਨਹੀਂ ਲੈ ਸਕਦੇ ਉਹਨਾਂ ਨੂੰ ਸਬਸਿਡੀ ਹੈ ਜਿਹੜੀ ਉਹ ਟਾਈਮ ਤੇ ਦਿੱਤੀ ਜਾਵੇ ਇਹ ਮੇਰਾ ਹੀ ਕੁਝ ਸਾਲ ਪਹਿਲਾਂ ਦਾ ਸੁਝਾਅ ਸੀ ਵੀ ਕੋਈ ਵੀ ਕਮਬੈਨ ਖੇਤ ਚ ਨਾ ਬੜੇ ਜਿਨ੍ਹਾਂ ਚ ਰੈਸਐਮਐਸ ਨਾ ਲੱਗਿਆ ਹੋਵੇ ਜੋ ਅੱਜ ਮੰਨੀ ਗਈ ਹੈ ਅਤੇ ਤਕਰੀਬਨ ਐਸਐਮਐਸ ਨਾਲ ਮੇਰੀ ਜ਼ਮੀਨ ਚ ਪਹਿਲੀ ਵਾਰ ਅੱਜ ਅੱਜ ਕਮਬੈਨ ਚੱਲ ਰਹੀ ਹੈ ਜਿਹਦੇ ਮਗਰ ਐਸਐਮਐਸ ਲੱਗਿਆ ਹੋਇਆ ਹੈ ਮੈਂ 30-3000 ਰੁਪਇਆ ਲੇਬਰ ਨੂੰ ਦੇ ਕੇ ਖੰਡਾਉਂਦਾ ਹੁੰਦਾ ਸੀ ਪਰਾਲੀ ਪਰ ਮੈਂ ਹਟਿਆ ਨਹੀਂ ਫਿਰ ਮੇਰੇ ਦਿਮਾਗ ਨੇ ਕੰਮ ਕੀਤਾ ਜਿਹੜਾ ਕਟਰ ਸੀਗਾ ਪਰਾਲੀ ਨੂੰ ਕੱਟਣ ਵਾਲਾ ਮੈਂ ਉਹਦੇ ਗੰਡਾਸੇ ਖੋਲਤੇ ਇੱਕ ਪਾਸੇ 8 ਇੰਚ ਦਾ ਕਿਲ ਲਾਇਆ ਇੱਕ ਪਾਸੇ 4 ਇੰਚ ਦਾ ਕਿਲ ਲਾ ਲਿਆ ਉਹਨੂੰ ਚਲਾਇਆ ਉਹਨੇ ਪਰਾਲੀ ਖੰਡਾਤੀ ਸੋ ਮੈਂ ਉਸ ਵੀ ਦੀ ਨਾਲ ਵੀ ਕਈ ਸਾਲ ਪਰਾਲੀ ਖੰਡਾਈ ਪਰ ਐਸ ਵੇਲੇ ਜੇ ਲੋਕ ਕਹਿਣ ਤਾਂ ਔਖੀ ਗੱਲ ਹੈ ਐਸ ਵੇਲੇ ਤਾਂ ਐਸਐਮਐਸ ਲੱਗਿਆ ਹੋਇਆ ਜਿਹੜੀ ਕਮੈਨ ਉੱਪਰੋਂ ਪਰਾਲੀ ਸਿੱਟ ਰਹੀ ਹੈ ਉਹ ਬਿਲਕੁਲ ਬਰੀਕ ਕਰਕੇ ਸਿੱਟ ਰਹੀ ਹੈ ਅੱਜ ਮੇਰੇ ਖੇਤ ਚ ਦੋ ਕਮੈਨਾਂ ਚੱਲ ਰਹੀਆਂ ਨੇ ਦੋਨੋਂ ਹੀ ਐਸਐਮਐਸ ਲੱਗਿਆ ਹੋਇਆ ਔਰ ਅੱਜ ਬਜਾਈ ਕਰਨੀ ਪਿਛਲੇ ਸਾਲਾਂ ਨੂੰ ਬਹੁਤ ਜ਼ਿਆਦਾ ਸੌਖੀ ਹੋ ਗਈ ਹੈ ਮੈਂ ਤਾਂ ਸਟੇਜਾਂ ਤੇ ਇਹ ਵੀ ਕਹਿਣਾ ਵੀ ਜੇ ਇੱਕ ਸਾਲ ਮੇਰੇ ਕੋਲੋਂ ਹੈਪੀ ਸੀਡਰ ਲੈ ਜਾਓ ਮੈਂ ਸਮੇਤ ਡਰਾਈਵਰ ਟਰੈਕਟਰ ਵੀ ਭੇਜ ਦਨਾ 5-4 ਕਿਲੇ ਬੀਜ ਕੇ ਵੇਖੋ ਅਗਲੇ ਸਾਲ ਲੈ ਲਿਓ ਪਰ ਜੇ ਹੁਣ ਕੋਈ ਮੰਨੇ ਹੀ ਨਾ ਫਿਰ ਸਰਕਾਰ ਨੂੰ ਤਾਂ ਇਹੀ ਚਾਹੀਦਾ ਵੀ ਜਿਹੜੇ ਬੰਦੇ ਕਰਦੇ ਨੇ ਹੈਪੀ ਸੀਡਰ ਨਾ ਪਰਾਲੀ ਨੂੰ ਨਹੀਂ ਅੱਗ ਲਾਉਂਦੇ ਉਹਨਾਂ ਨੂੰ ਥੋੜਾ ਵਾਲਾ ਇਨਾਮ ਦਿਓ ਜਿਹੜੇ ਬੰਦੇ ਨਹੀਂ ਰੁਕਦੇ ਉਹਨੂੰ ਥੋੜਾ ਵਾਲਾ ਜੁਰਮਾਨਾ ਲਾਓ ਇਹ ਸਰਕਾਰ ਨੂੰ ਕਰਨਾ ਪਏਗਾ ਪਰ ਪੋਲੀਟਿਕਲ ਬੰਦੇ ਸਿਰਫ ਵੋਟ ਦੇਖਦੇ ਨੇ ਕਿ ਸਾਨੂੰ ਵੋਟਾਂ ਦੇ ਦਿਓ ਪੰਜਾਬ ਭਾਵੇਂ ਸਾਰਾ ਟਹਿ ਜੇ ਇਹ ਜਿਹੜੇ ਲੀਡਰਾਂ ਨੂੰ ਵੀ ਇਹ ਛੱਡਣਾ ਪਏਗਾ ਥੋੜਾ ਵਾਲਾ ਜੁਰਮਾਨਾ ਸਖਤੀ ਬਿਨਾ ਰਾਜ ਨਹੀਂ ਹੋ ਸਕਦਾ ਸੋ ਇਹ ਵੀ ਮੇਰਾ ਇੱਕ ਸੁਝਾਅ ਹੈ ਤੁਸੀਂ ਤੁਸੀਂ ਗੱਲ ਕਰ ਰਹੇ ਹੋ ਕਿ ਸਖਤੀ ਬਿਨਾ ਰਾਜ ਨਹੀਂ ਹੋ ਸਕਦਾ ਸਰਕਾਰ ਨੂੰ ਚਾਹੀਦਾ ਹੈ ਕਿ ਕਿਤਨਾ ਕਿਤੇ ਸਖਤੀ ਕੀਤੀ ਜਾਵੇ ਇਸ ਨੂੰ ਲੈ ਕੇ ਤਾਂ ਜੋ ਕਿਸਾਨਾਂ ਦੇ ਵਿੱਚ ਜਾਗਰੂਕਤਾ ਫੈਲਾਈ ਜਾ ਸਕੇ ਪਰ ਗੱਲ ਕਰਦੇ ਹਾਂ ਹਰ 5 ਸਾਲਾਂ ਦੇ ਦੌਰਾਨ ਜੇ ਆਪਾਂ ਸਰਕਾਰ ਬਦਲ ਜਾਂਦੀ ਹੈ ਤੇ ਹਰ ਸਾਲ ਇਸ ਨੂੰ ਲੈ ਕੇ ਇੱਕ ਰੌਲਾ ਪੈਂਦਾ ਆ ਇੱਕ ਮੁੱਦਾ ਉੱਠਦਾ ਆ ਜਿਹੜਾ ਕਿ ਦਿੱਲੀ ਤੱਕ ਪਹੁੰਚ ਜਾਂਦਾ ਆ ਦਿੱਲੀ ਤੱਕ ਸਰਕਾਰਾਂ ਫੇਲ ਕਿਉਂ ਨੇ ਹੁਣ ਤੱਕ ਬੜਾ ਵਧੀਆ ਸਵਾਲ ਤੁਸੀਂ ਕੀਤਾ ਵੀ ਸਰਕਾਰਾਂ ਫੇਲ ਕਿਉਂ ਨੇ ਜੇ ਸੱਚ ਵੱਲ ਜਾਈਏ ਅੱਜ ਵੀ ਜਿਹੜੇ 100-100 ਸਾਲ ਦੇ ਬੁੱਢੇ ਖੁੰਡਾਂ ਤੇ ਬੈਠ ਕੇ ਗੱਲ ਕਰਦੇ ਆ ਨਾ ਉਹ ਕਹਿੰਦੇ ਅੰਗਰੇਜ਼ਾਂ ਦੀ ਸਰਕਾਰ ਚੰਗੀ ਸੀ ਜੀ ਬਿਲਕੁਲ ਅਸੀਂ ਕਹਿੰਦੇ ਜੀ ਉਹ ਜੀ ਅਸੀਂ ਇੰਨੇ بڑے ਯੋਧਿਆਂ ਦੇ ਦਿਨ ਮਨਾਉਨੇ ਆ ਵੀ ਉਹਨਾਂ ਨੇ ਉਹ ਕੱਢ ਦਿੱਤੇ ਜੀ ਅੱਜ ਉਹਨਾਂ ਅੰਗਰੇਜ਼ਾਂ ਦਾ ਭਾਂਡੇ ਮਾਂਜਣ ਵਾਸਤੇ ਸਾਡੇ ਮੁੰਡੇ 20-20 30-30 ਲੱਖ ਜੰਟਾਂ ਨੂੰ ਦੇ ਕੇ ਜਹਾਜ਼ ਚੜ ਰਹੇ ਨੇ ਤੇ ਉਧਰ ਜਾ ਕੇ ਭਾਂਡੇ ਮਾਂਜਦੇ ਨੇ ਉਹਦਾ ਕਾਰਨ ਇਹੀ ਆ ਕਿ ਜਦੋਂ ਅੰਗਰੇਜ਼ ਕਿਸੇ ਨੂੰ ਅਹੁਦਾ ਦਿੰਦੇ ਸੀ ਉਹਦੀ ਖਾਨਦਾਨੀ ਵੇਖਦੇ ਸੀ ਵੀ ਇਹਦਾ ਪਿਓ ਕੌਣ ਹੈ ਇਹਦਾ ਬਾਬਾ ਕੌਣ ਹੈ ਇਸ ਪਰਿਵਾਰ ਦਾ ਸਮਾਜ ਦੇ ਵਿੱਚ ਕਿਰਦਾਰ ਕੀ ਹੈ ਲੇਕਿਨ ਅੱਜ ਉਹ ਨਹੀਂ ਦੇਖਿਆ ਜਾਂਦਾ ਅੱਜ ਜਿਹੜਾ ਕੋਈ ਚੋਰੀ ਰੇਤਾ ਵੇਚ ਲੈਂਦਾ ਚੋਰੀ ਨਸ਼ਾ ਵੇਚ ਲੈਂਦਾ ਪੈਸੇ ਇਕੱਠੇ ਕਰ ਲੈਂਦਾ ਉਹ 20 30 ਲੱਖ ਰੁਪਈਆ 50 ਲੱਖ ਫੜਾਉਂਦਾ ਤੇ ਉਹ ਟਿਕਟ ਲੈ ਕੇ ਆ ਜਾਂਦਾ ਸ਼ਰਾਬਾਂ ਵੰਡ ਕੇ ਝੂਠੇ ਲਾਰੇ ਲਾ ਕੇ ਪ੍ਰਚਾਰਾਂ ਕਰਕੇ ਮੁੜ ਕੇ ਐਮਐਲਏ ਸਾਹਿਬ ਬਣ ਜਾਂਦੇ ਉਹਨਾਂ ਚੋਂ ਮੰਤਰੀ ਬਣ ਜਾਂਦੇ ਨੇ ਇਹ ਮੈਂ ਕਿਸੇ ਇੱਕ ਪਾਰਟੀ ਨੂੰ ਦੋਸ਼ ਨਹੀਂ ਦਿੰਦਾ ਇਹ ਲੋਕਾਂ ਨੂੰ ਵੀ ਦੋਸ਼ ਹੈ ਚੰਗੇ ਬੰਦੇ ਨੂੰ ਚੁਣਿਆ ਹੀ ਨਹੀਂ ਜਾਂਦਾ ਦੋ ਠੱਗ ਤਿੰਨ ਠੱਗ ਇਕੱਠੇ ਹੋ ਕੇ ਖੜ ਜਾਂਦੇ ਨੇ ਉਹਨਾਂ ਚੋਂ ਇੱਕ ਨੂੰ ਵੋਟ ਪਾਣਾ ਮਜਬੂਰੀ ਬਣ ਜਾਂਦੀ ਆ ਜੇ ਨਹੀਂ ਪਾਉਂਦੇ ਤਾਂ ਸਾਨੂੰ ਪੁੱਛਦਾ ਕੋਈ ਨਹੀਂ ਵੀ ਅੱਛੇ ਇਨਸਾਨਾਂ ਨੂੰ ਰਾਜਨੀਤੀ 'ਚ ਅੱਗੇ ਲਿਆਂਦਾ ਜਾਵੇ ਤੋਂ ਆਫੀਸਰ ਨੇ ਪੜੇ ਲਿਖੇ ਨੇ ਆਈਐਸ ਆਈਪੀਐਸ ਹੋਰ ਕਿੰਨੇ ਕਿੰਨੇ 4 4 ਐਮਏ ਕਰਨ ਵਾਲੇ ਲਾਹ ਕਰਨ ਵਾਲੇ ਬਿੱਲੇ ਬੈਠੇ ਆ ਲੇਕਿਨ ਸਾਡੀ ਰਾਜਨੀਤੀ 'ਚ ਗੂਠਾਸ਼ਾਹ ਮੰਤਰੀ ਅਨਪੜ ਜਿਹੜਾ ਉਹ ਸਿੱਖਿਆ ਮੰਤਰੀ ਜੀਨੇ ਕਦੀ ਖੇਤ ਦੇਖਿਆ ਨਹੀਂ ਵੜ ਕੇ ਉਹ 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 ਖੇਤੀ ਮੰਤਰੀ ਸਾਡਾ ਦੇਸ਼ ਕਿੱਥੇ ਚੱਲੇਗਾ ਅਸੀਂ ਬਾਕੀ ਦੁਨੀਆ ਨਾਲੋਂ ਤਾਂ ਅਸੀਂ ਬੇੜਾ ਗਰਕ ਹੋ ਰਿਹਾ ਸਾਡੇ ਮੁੰਡੇ ਤਾਂ ਰੋਜ਼ ਭੱਜ ਰਹੇ ਨੇ ਕੈਨੇਡਾ ਨੂੰ ਤੇ ਇੱਥੇ ਤਾਂ ਭਈਏ ਆ ਜਾਣੇ ਨੇ ਤੇ ਸਾਡੇ ਪੰਜਾਬ ਨੇ ਖਾਲੀ ਹੋ ਜਾਣਾ ਜੇ ਸਾਸੀ ਇਹ ਸੋਚ ਨਾ ਬਦਲੀ ਇਹ ਮਾੜੇ ਲੀਡਰ ਨਾ ਬਦਲੇ ਭਾਸ਼ਣ ਹੈ ਕੋਈ ਕੋਈ ਮੋਰਚਾ ਲਾ ਦੁੰਦਾ ਕੋਈ ਕੋਈ ਨਵਾਂ ਮੁੱਦਾ ਨਿਤ ਲੋਕਾਂ ਨੂੰ ਲੜਾ ਕੇ ਭੁੜਕਾ ਕੇ ਝੂਠ ਬੋਲ ਕੇ ਝੂਠੇ ਮੈਨੀਫੈਸਟੋ ਤੁਸੀਂ ਦੱਸੋ ਵੀ ਕਿਸੇ ਨੇ ਜਦ ਕਿਸੇ ਵੀ ਪਾਰਟੀ ਦਾ ਮੈਨੀਫੈਸਟੋ ਕਿਸੇ ਨੇ ਸਾਹਮਣੇ ਰੱਖਿਆ ਜੇ ਕੋਈ ਲੀਡਰ ਦੁਆਰੇ ਆਇਆ ਉਹਨੂੰ ਪੁੱਛਿਆ ਵੀ ਤੁਸੀਂ ਆਹ ਕਿਹਾ ਸੀ ਤੇ ਕੀਤਾ ਕਿਉਂ ਨਹੀਂ ਕੋਈ ਕਰਦਾ ਹੀ ਨਹੀਂ ਅਗਲਾ ਕਹਿੰਦਾ ਮੇਰੇ ਬੁੜੇ ਦੇ ਭੋਗ ਤੇ ਆ ਜੀ ਬੱਲੇ ਬੱਲੇ ਐ ਮੰਤਰੀ ਸਾਨੂੰ ਜਾਣਦਾ ਤੇ ਸਾਡੇ ਵਿਆਹ ਦੇ ਵਿੱਚ ਜ਼ਰੂਰ ਆਉਣਾ ਤੁਸੀਂ ਤੇ ਉੱਥੇ ਬਿਸਕੀ ਪੀਜੋ ਤੇ ਜਾਇਓ ਉਹ ਤਾਂ ਅਸੀਂ ਗੱਲ ਭੁੱਲ ਜਾਂਦੇ ਆ ਜਿਹੜੀ ਉਹਨ ਸਟੇਜ ਤੇ ਕਹੀ ਹੁੰਦੀ ਆ ਸੋ ਇਹ ਸਾਡੇ ਨਿਹਾਰ ਦਾ ਕਾਰਨ ਹੈ ਤੁਸੀਂ ਮਤਲਬ ਸਫਲਤਾ ਪਾਈ ਆ ਬਹੁਤ ਵੱਡੇ ਮੁੱਦੇ ਤੇ ਆਪਾਂ ਗੱਲ ਕਰ ਰਹੀਏ ਸਰਕਾਰ ਲਈ ਇੱਕ ਬਹੁਤ ਵੱਡੀ ਸਮੱਸਿਆ ਦਾ ਹੱਲ ਦਿੱਤਾ ਤੁਸੀਂ ਠੀਕ ਹੈ ਸੋ ਇਸ ਹੱਲ ਪਿੱਛੇ ਤੁਹਾਨੂੰ ਹੁਣ ਤੱਕ ਕਿੱਥੇ ਕਿੱਥੇ ਸਨਮਾਨ ਮਿਲ ਗਿਆ ਦੇਖੋ ਜਿੱਥੇ ਤੱਕ ਲੋਕਲ ਪ੍ਰਸ਼ਾਸਨ ਦਾ ਸਮਾਲ ਹੈ ਗਿਆ ਗੱਲ ਵੀ 26 ਜਨਵਰੀ ਜਾਂ 15 ਅਗਸਤ ਤੇ ਮੈਂ ਚੱਲੇ ਜਾਣਾ ਮੈਨੂੰ ਸਨਮਾਨ ਨਿਸ਼ਾਨੀ ਮਿਲ ਜਾਂਦੀ ਹੈ ਪਰ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਅਵਾਰਡ ਦਿੱਤੇ ਨੇ ਜਾਂ ਕਿਸੇ ਨੂੰ ਸਟੇਟ ਅਵਾਰਡ ਮਿਲਿਆ ਹੈ ਪਰ ਮੈਂ ਉਹ ਮੰਗ ਜ਼ਰੂਰ ਕਰੂੰਗਾ ਵੀ ਉਹਨਾਂ ਬੰਦਿਆਂ ਨੂੰ ਮੇਰੀ ਲਾਈਨ 'ਚ ਖੜਾ ਕੇ ਦੇਖਿਆ ਜਾਵੇ ਵੀ ਉਹਨਾਂ ਨੇ ਕੀਤਾ ਕੀ ਹੈ ਯੂਨੀਵਰਸਿਟੀ ਦੇ ਮੇਲੇ ਤੇ ਮੈਂ ਦੇਖਦਾ ਕੋਈ ਬੜਾ ਸਾਰਾ ਕੱਦੂ ਲੱਭ ਕੇ ਮੰਡੀ ਤੋਂ ਲੈ ਜਾਂਦਾ ਜੀ ਮੈਂ ਪੈਦਾ ਕੀਤਾ ਕੋਈ ਛੋਲਿਆਂ ਦੀ ਮੁਠੀ ਲੈ ਜਾਂਦਾ ਜੀ ਆ ਮੈਂ ਪੈਦਾ ਕੀਤੇ ਨੇ ਛੋਟੀਆਂ-ਛੋਟੀਆਂ ਚੀਜ਼ਾਂ ਉਹ ਜਿਹਨੇ ਐਡਾ ਵੱਡਾ ਟਾਂਸ ਕੀਤਾ ਉਹਨੂੰ ਤੁਸੀਂ ਪੁੱਛਦੇ ਨਹੀਂ ਹੈਗੇ ਮੈਂ ਅਖਬਾਰਾਂ 'ਚ ਵੀ ਲਿਖਦਾ ਮੇਰੇ ਕੋਲ ਥੱਬਾ ਕਟਿੰਗਾਂ ਦਾ ਪਿਆ ਇਹ ਨਹੀਂ ਕਿ ਮੈਂ ਲੋਕਿਆ ਸ਼ਿਪਿਆਂ ਮੇਰੇ ਬਾਰੇ ਕਿਸੇ ਨੂੰ ਪਤਾ ਨਹੀਂ ਪਰ ਇਹ ਕੀ ਕਾਰਨ ਹੈ ਪੰਜਾਬ ਦਾ ਡਾਇਰੈਕਟਰ ਸਾਡੇ ਜ਼ਿਲ੍ਹੇ ਦਾ ਅ ਅੰਚਾਰ ਸੀ ਉਹ ਮੈਨੂੰ ਜਾਣਦਾ ਉਸ ਤੋਂ ਪਹਿਲੇ ਡਾਇਰੈਕਟਰ ਮੈਨੂੰ ਜਾਣਦੇ ਸੀ ਮੈਂ ਹਿੰਦੂਸਤਾਨ ਦੀ ਕਮੇਟੀ ਦਾ ਮੈਂਬਰ ਰਿਹਾ ਉਹ ਮੈਂ ਆਪਣੇ ਵੱਲ ਪੁੱਤੇ ਤੇ ਬਣਿਆ ਸੀ ਪਰ ਕਿਸੇ ਵੱਡੇ ਬੰਦੇ ਨੇ ਮੈਨੂੰ ਇਹ ਕਿਹਾ ਹੀ ਨਹੀਂ ਵੀ ਤੈਨੂੰ ਸਟੇਟ ਦਾ ਵਾਰਡ ਦਿੰਨੇ ਆ ਜੀ ਤੇ ਮੇਰਾ ਕੰਮ ਮੈਂ ਕਰ ਰਿਹਾ ਮੈਨੂੰ ਨਾਂ ਵੀ ਮਿਲੇ ਮੈਂ ਤਾਂ ਉਸ ਕੁਦਰਤ ਨੂੰ ਸਲੂਟ ਮਾਰਦਾ ਪਵਨ ਗੁਰੂ ਪਾਣੀ ਪਿਤਾ ਮੈਂ ਤਾਂ ਉਸ ਪਾਣੀ ਨੂੰ ਸ਼ੁੱਧ ਕਰਨਾ ਹੈ ਉਸ ਹਵਾ ਨੂੰ ਸ਼ੁੱਧ ਕਰਨਾ ਹੈ ਮੇਰਾ ਫਰਜ਼ ਹੈ ਮੈਨੂੰ ਪਰਮਾਤਮਾ ਵਾਰਡ ਜ਼ਰੂਰ ਦੇਊਗਾ ਪਰ ਇਹ ਚੀਜ਼ਾਂ ਨੇ ਜਿਹੜੀਆਂ ਇਹ ਮਾਨ ਸਨਮਾਨ ਦੀਆਂ ਵੱਡੀਆਂ ਮੈਨੂੰ ਸਟੇਟ ਵਾਰਡ ਮਿਲਣਾ ਚਾਹੀਦਾ ਸੀ ਪ੍ਰਧਾਨ ਮੰਤਰੀ ਨੂੰ ਜਿੰਨਿਆਂ ਨੂੰ ਵਾਰਡ ਦਿੱਤੇ ਉਹਨਾਂ ਨਾਲ ਮੈਨੂੰ ਟੈਲੀ ਕਰੋ ਮੇਰੇ ਚ ਕੀ ਕਮੀ ਹੈ ਸੋ ਇਹ ਘਾਟ ਸੋ ਦੋਸਤੋ ਸੁਰਜੀਤ ਸਿੰਘ ਨੇ ਕਿਤਨਾ ਕਿਤੇ ਸਰਕਾਰਾਂ ਨੂੰ ਮੰਤਰੀਆਂ ਨੂੰ ਚੁੰਡੀ ਵੜ ਦਿੱਤੀ ਹੈ ਸਰਕਾਰਾਂ ਦੀਆਂ ਜਿਹੜੀਆਂ ਅਨਗਹਿਲੀਆਂ ਨੇ ਜਾਂ ਉਹਨਾਂ ਦੀ ਕਾਰਗੁਜ਼ਾਰੀ ਕਾਰਗੁਜ਼ਾਰੀ ਤੇ ਸਵਾਲ ਚੁੱਕ ਦਿੱਤਾ ਹੈ ਪਰ ਦੇਖਿਆ ਜਾਵੇ ਸੁਰਜੀਤ ਸਿੰਘ ਨੇ ਜੋ ਆਪਣਾ ਜੀਵਨ ਸਫਰ ਸਾਡੇ ਨਾਲ ਸਾਂਝਾ ਕੀਤਾ ਉਹਨਾਂ ਦੇ ਮੁਤਾਬਕ ਜੇ ਆਪਾਂ ਗੱਲ ਕਰੀਏ ਤਾਂ ਉਹ ਇਸ ਸਮੇਂ ਦੇ ਸਭ ਤੋਂ ਸਫਲ ਕਿਸਾਨ ਨੇ ਜਿਨ੍ਹਾਂ ਦੇ ਸਿਰ ਤੇ ਕਰਜ਼ਾ ਕੋਈ ਨਹੀਂ ਹੈਗਾ ਤੇ ਉਹਨਾਂ ਨੇ ਪਰਾਲੀ ਤੇ ਜਿੱਤ ਪਾਈ ਹੋਈ ਜੋ ਕਿ ਸਰਕਾਰ ਲਈ ਗਲੇ ਦੀ ਹੱਡੀ ਹੈ ਸੋ ਦੋਸਤੋ ਅਜਿਹੀਆਂ ਹੋਰ ਸ਼ਖਸੀਅਤਾਂ ਨਾਲ ਤੁਹਾਨੂੰ ਮਿਲਾਉਂਦੇ ਰਵਾਂਗੇ ਸੋ ਦੇਖਦੇ ਰਹੋ ਸਪੋਕਸਮੈਨ ਟੀਵੀ ਚਲੋ ਵੀ ਆਸਟ੍ਰੇਲੀਆ 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 ਸਿਡਨੀ ਮੈਲਬੌਰਨ ਸਿਡਨੀ ਮੈਲਬੌਰਨ ਆ ਵੀ ਕਿੱਥੇ ਜਾਣਾ ਜਾਣਾ ਸਿਡਨੀ ਪਰ 5.5 ਬੈਨ ਹੈ 5.5 ਬੈਨ ਥੋੜੇ ਹੁੰਦੇ ਚੱਲ ਚੱਲ 5.5 ਬੈਨ ਨਾਲ ਸਿਡਨੀ ਚੱਲ ਚਲੋ ਆਸਟ੍ਰੇਲੀਆ ਜਾਣਾ ਤਾਂ ਮੈਲਬਨ ਹੈ ਪਰ 5 ਸਾਲ ਦਾ ਗੈਪ ਆ ਨਹੀਂ ਭਾਜੀ 5 ਸਾਲ ਦੀ ਗੱਲ ਨਹੀਂ ਬਣੀ ਚਲੋ ਵੀ ਚਲੋ ਸਿਡਨੀ ਜਾਣਾ ਪਰ ਗੈਪ 2 ਸਾਲਾਂ ਦਾ 2 ਸਾਲ ਦਾ ਗੈਪ ਐਲੀਜੀਬਿਲਟੀ ਹੈਗੇ ਚੱਲ ਬੈਠ ਜਾ ਕੇ ਤੇਰੀ ਆਸਟ੍ਰੇਲੀਆ ਮੈਲਬਨ ਜਾਣਾ ਜੀ ਪਰ 51% ਆਏ ਉਹ 50 ਚੱਲਣਗੇ ਚਲੋ 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 ਯਾਰ ਢਿੱਲੇ ਕੇ ਬੈਠੇ ਹੋ ਕਾਲਜ ਕੋ ਪੈਣਾ ਉਹ ਕਾਲਜ ਦੇ ਪੈਣਾ ਯਾਰ ਬਹੁਤ سارے ਸਟੂਡੈਂਟ ਆ ਅਗਲਾ ਫੇਰਾ ਵੀ ਲਾਣਾ ਚਲੋ ਵੀ ਆਸਟ੍ਰੇਲੀਆ 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 ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ ਐਸਈਓ 7374 ਤੇ 75 ਸੈਕਟਰ 17 ਡੀ ਚੰਡੀਗੜ੍ਹ ਕੰਟੈਕਟ 0181 5044999